ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ। ਅਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਆ, ਇਸ ਨੂੰ ਆਪਾਂ ਬਾਰਡਰ ਤੇ ਵੀ ਪਾ ਸਕਦੇ ਹਾਂ ਤੇ ਪੂਰੀ ਸਵੈਟਰ ਤੇ ਵੀ ਪਾ ਸਕਦੇ ਹਾਂ। ਬਹੁਤ ਹੀ ਪਿਆਰਾ ਤੇ ਬਹੁਤ ਸੌਖਾ, ਸਿਰਫ 2 ਸਿਲਾਈਆਂ ਦਾ ਡਿਜ਼ਾਈਨ ਆ। ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 3-3 ਦੇ ਹਿਸਾਬ ਨਾਲ ਆਪਾਂ ਕੁੰਡੇ ਪਾਵਾਂਗੇ। 3-3 ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਡਿਜ਼ਾਈਨ ਜਿਹੜਾ ਆਪਣਾ ਸ਼ੁਰੂ ਕਰ ਸਕਦੇ ਹਾਂ। ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਣਾ ਹੈ ਤੇ ਸਿਰਫ 2 ਸਿਲਾਈਆਂ ਦਾ ਡਿਜ਼ਾਈਨ ਆ। ਬਹੁਤ ਹੀ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਆ। ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਦੇ ਬਾਰਡਰ ਤੇ ਪਾ ਸਕਦੇ ਜੇ, ਜਾਂ ਤੁਸੀਂ ਫੁੱਲ ਸਵੈਟਰ ਤੇ ਵੀ ਇਹ ਵਾਲਾ ਡਿਜ਼ਾਈਨ ਜਿਹੜਾ ਪਾ ਕੇ ਰੈਡੀ ਕਰ ਸਕਦੇ ਜੀ। ਬਹੁਤ ਹੀ ਸੋਹਣਾ ਡਿਜ਼ਾਈਨ ਆ ਤੇ ਇਸ ਨੂੰ ਆਪਾਂ ਬਣਾਉਣ ਵਾਸਤੇ 3-3 ਦੇ ਹਿਸਾਬ ਨਾਲ ਕੁੰਡੇ ਪਾ ਲਏ ਨੇ। ਮੈਂ ਇੱਥੇ ਉਲਟੀ ਸਾਈਡ ਦੇ ਕੁੰਡੇ ਪਾਏ ਨੇ। ਪਹਿਲਾਂ ਆਪਾਂ ਇੱਕ ਉਲਟੀ ਉਲਟੀ ਸਿਲਾਈ ਬਣਾ ਕੇ ਤੇ ਸਿੱਧੀ ਸਾਈਡ ਤੋਂ ਆਪਣਾ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ। ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਵੀ ਕਰਿਓ। ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਅਤੇ ਹੋਰ ਤੁਸੀਂ ਕਿਸ ਤਰੀਕੇ ਦੇ ਡਿਜ਼ਾਈਨ ਵੇਖਣਾ ਚਾਹੁੰਦੇ ਹੋ, ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਤੁਸੀਂ ਵੇਖਣਾ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਹਾਨੂੰ ਬਣਾ ਕੇ ਦਿਖਾਈਏ। 2 ਰੰਗਾਂ ਦਾ ਡਿਜ਼ਾਈਨ ਜਾਂ ਲੇਡੀਜ਼ ਕੋਟੀ ਦਾ ਡਿਜ਼ਾਈਨ ਜਾਂ ਜੈਂਟਸ ਕੋਟੀ ਦਾ ਡਿਜ਼ਾਈਨ, ਜਿਹੜਾ ਵੀ ਡਿਜ਼ਾਈਨ ਤੁਸੀਂ ਵੇਖਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਇਸ ਤਰ੍ਹਾਂ ਕਰਕੇ ਪਹਿਲੀ ਸਿਲਾਈ ਜਿਹੜੀ ਹੈ ਮੈਂ ਬਣਾ ਲਈ ਆ। ਹੁਣ ਦੂਸਰੀ ਸਿਲਾਈ 'ਤੇ ਆਪਾਂ ਸਿੱਧੇ ਪਾਸੇ ਆਵਾਂਗੇ। ਪਹਿਲੀ ਸਿਲਾਈ ਜਿਹੜੀ ਉਹਨੂੰ ਕਾਊਂਟ ਨਹੀਂ ਕਰਨਾ, ਇੱਕੋ ਸਿਲਾਈ ਦਾ ਸਿੱਧੀ ਸਾਈਡ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ। ਪਹਿਲਾਂ ਕੁੰਡਾ ਉਤਾਰ ਲੈਣਾ ਵਾ। ਜੇ ਤੁਸੀਂ ਸਿੱਧੀ ਸਾਈਡ ਦੇ ਕੁੰਡੇ ਪਾਏ ਆ ਤਾਂ ਤੁਸੀਂ ਸਟਾਰਟਿੰਗ ਤੋਂ ਹੀ ਸ਼ੁਰੂ ਕਰ ਸਕਦੇ ਜੇ। ਪਹਿਲਾਂ ਕੁੰਡਾ ਉਤਾਰ ਲਿਆ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ। ਇੱਕ ਕੁੰਡਾ ਪਹਿਲਾਂ ਉਲਟਾ ਬਣਾ ਲੈਣਾ ਆ। ਇੱਕ ਕੁੰਡਾ ਉਲਟਾ ਬਣਾ ਲਿਆ, ਧਾਗਾ ਪਿੱਛੇ ਕਰਾਂਗੇ, 2 ਕੁੰਡੇ ਸਿੱਧੇ ਬਣਾਵਾਂਗੇ। 1 ਅਤੇ 2 ਕੁੰਡੇ ਸਿੱਧੇ ਬਣਾ ਲਏ। ਹੁਣ ਜਿਹੜੇ 2 ਕੁੰਡੇ ਸਿੱਧੇ ਬਣਾਏ, ਇਹਨਾਂ ਨੂੰ ਫਿਰ ਵਾਪਸ ਆ ਵਾਲੀ ਸਿਲਾਈ 'ਤੇ ਆਪਾਂ ਲੈ ਲੈਣਾ ਹੈ। ਧਾਗਾ ਜਿਹੜਾ ਪਿੱਛੇ ਆ, ਇਹ ਜਿਹੜਾ ਧਾਗਾ ਪਿੱਛੇ ਸੀ, ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਵਾਲ ਪਾ ਲੈਣਾ ਸਿਲਾਈ ਦੇ ਉੱਪਰ। ਜਿਹੜੇ ਹੁਣ ਇਹ 2 ਕੁੰਡੇ ਫਿਰ ਇੱਧਰੋਂ ਇਸ ਸਿਲਾਈ 'ਤੇ ਪਾਏ ਆ, ਇਹਨਾਂ ਨੂੰ ਇਸ ਤਰ੍ਹਾਂ ਕਰਕੇ ਬੈਕ ਲੂਪ ਦੇ ਨਾਲ 2 ਤੋਂ 1 ਕਰ ਦੇਣਾ ਹੈ। ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, 1 ਕੁੰਡਾ ਉਲਟਾ, ਧਾਗਾ ਪਿੱਛੇ ਕਰਾਂਗੇ, 2 ਕੁੰਡੇ ਸਿੱਧੇ। ਹੁਣ ਜਿਹੜੇ 2 ਕੁੰਡੇ ਸਿੱਧੇ ਬਣਾਏ, ਇਹਨਾਂ ਨੂੰ ਵਾਪਸ ਫਿਰ ਇੱਧਰ ਖੱਬੇ ਹੱਥ ਵਾਲੀ ਸਿਲਾਈ 'ਤੇ ਆਪਾਂ ਲੈ ਲੈਣਾ ਵਾ। ਫਿਰ ਇਸ ਤੋਂ ਬਾਅਦ ਆਇਆ ਜਿਹੜਾ ਧਾਗਾ ਵਾ, ਇਹਨੂੰ ਇਸ ਤਰੀਕੇ ਦੇ ਨਾਲ ਸਿਲਾਈ ਦੇ ਉੱਪਰ ਘੁਮਾ ਦੇਣਾ ਆ ਅਤੇ ਜਿਹੜੇ 2 ਕੁੰਡਿਆਂ ਨੂੰ ਆਪਾਂ ਇੱਕ ਵਾਰ ਦੁਬਾਰਾ ਇਕੱਠੇ ਆਉਣ ਦੇਣਾ ਬੈਕ ਲੂਪ ਦੇ ਨਾਲ। ਜਿਹੜੇ 2 ਤੋਂ 1 ਹੋਏ ਨੇ, ਆਹ ਵਾਲਾ ਜਾਲੀ ਪੈ ਕੇ ਪੂਰਾ ਹੋ ਗਿਆ। ਇਹ 3 ਕੁੰਡੇ ਆਪਾਂ ਪੂਰੀ ਸਿਲਾਈ ਦੇ ਵਿੱਚ ਰਿਪੀਟ ਕਰਨੇ। ਪਹਿਲਾ ਕੁੰਡਾ ਇਸ ਤਰ੍ਹਾਂ ਉਲਟਾ ਬਣਾ ਲਿਆ, ਫਿਰ 2 ਕੁੰਡੇ ਸਿੱਧੇ ਬਣਾਵਾਂਗੇ। ਜਿਹੜੇ ਸਿੱਧੇ ਕੁੰਡੇ ਬਣਾਏ, ਇਹਨਾਂ ਨੂੰ ਵਾਪਸ ਆ ਵਾਲੀ ਸਿਲਾਈ 'ਤੇ ਲੈ ਲਾਂਗੇ। ਫਿਰ ਇੱਥੇ ਇਸ ਤਰੀਕੇ ਦੇ ਨਾਲ ਜਾਲੀ ਪਾਉਣੀ ਆ ਅਤੇ 2 ਕੁੰਡਿਆਂ ਤੋਂ 1 ਕੁੰਡਾ ਕਰ ਦੇਣਾ ਬੈਕ ਲੂਪ ਦੇ ਨਾਲ। ਫਿਰ ਧਾਗਾ ਆਪਣੀ ਵਾਲੀ ਸਾਈਡ, 1 ਕੁੰਡਾ ਉਲਟਾ ਬਣਾਵਾਂਗੇ, ਧਾਗਾ ਪਿੱਛੇ ਕਰਾਂਗੇ, 2 ਕੁੰਡੇ ਸਿੱਧੇ ਬਣਾਵਾਂਗੇ। ਹੁਣ ਵਾਪਸ ਕੁੰਡੇ ਫਿਰ ਖੱਬੇ ਹੱਥ ਵਾਲੀ ਸਿਲਾਈ 'ਤੇ ਪਾ ਲੈਣੇ ਆ। ਫਿਰ ਆਪਾਂ ਜਾਲੀ ਪਾਉਣੀ ਆ ਅਤੇ ਇਹ ਕੁੰਡਿਆਂ ਨੂੰ ਇੱਕ ਵਾਰ ਦੁਬਾਰਾ ਆਪਾਂ ਬੁਣ ਦੇਣਾ, 2 ਤੋਂ 1 ਕਰ ਦੇਣਾ। ਜਿਹੜੇ ਆਪਾਂ 2 ਤੋਂ 1 ਕੀਤੇ ਆ, ਇੱਕ ਜਾਲੀ ਪੈ ਗਈ ਹੈ ਅਤੇ ਪੂਰੇ ਹੋ ਗਏ।
ਲਾਸਟ ਤੇ ਇੱਕ ਕੁੰਡਾ ਉਲਟਾ ਆਉਣਾ ਆ ਤੇ ਲਾਸਟ ਵਾਲਾ ਜਿਹੜਾ ਕੁੰਡਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ। ਇਸ ਤਰੀਕੇ ਦੇ ਨਾਲ ਇਹ ਸਾਡੀ ਪਹਿਲੀ ਸਿਲਾਈ ਬਣ ਗਈ ਡਿਜ਼ਾਇਨ ਦੀ। ਹੁਣ ਆ ਗਈ ਡਿਜ਼ਾਇਨ ਦੀ ਦੂਸਰੀ ਸਿਲਾਈ ਤੇ। ਪਹਿਲਾ ਕੁੰਡਾ ਉਤਾਰ ਲੈਣਾ, ਧਾਗਾ ਪਿੱਛੇ ਕਰਾਂਗੇ, ਇੱਕ ਕੁੰਡਾ ਪਹਿਲਾਂ ਸਿੱਧਾ ਬਣੇਗਾ, ਫਿਰ ਧਾਗਾ ਆਪਣੀ ਵਾਲੀ ਸਾਈਡ, ਦੋ ਕੁੰਡੇ ਉਲਟੇ ਬਣਨਗੇ। ਇਹੀ ਤਿੰਨ ਕੁੰਡੇ ਪੂਰੀ ਸਿਲਾਈ ਦੇ ਵਿੱਚ ਰਿਪੀਟ ਕਰਨੇ ਆ, ਇੱਕ ਕੁੰਡਾ ਸਿੱਧਾ, ਦੋ ਕੁੰਡੇ ਉਲਟੇ, ਧਾਗਾ ਪਿੱਛੇ, ਇੱਕ ਕੁੰਡਾ ਸਿੱਧਾ, ਦੋ ਕੁੰਡੇ ਉਲਟੇ, ਧਾਗਾ ਪਿੱਛੇ, ਇੱਕ ਕੁੰਡਾ ਸਿੱਧਾ, ਫਿਰ ਧਾਗਾ ਆਪਣੀ ਵਾਲੀ ਸਾਈਡ 'ਤੇ, ਦੋ ਕੁੰਡੇ ਉਲਟੇ, ਧਾਗਾ ਪਿੱਛੇ, ਇੱਕ ਕੁੰਡਾ ਸਿੱਧਾ, ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ। ਇਹ ਸਾਡੀਆਂ ਦੋ ਸਿਲਾਈਆਂ ਬਣ ਗਈਆਂ। ਅਜੇ ਬਿਲਕੁਲ ਵੀ ਡਿਜ਼ਾਇਨ ਨਜ਼ਰ ਨਹੀਂ ਆ ਰਿਹਾ, ਇੱਕ ਵਾਰ ਹੋਰ ਦੋ ਸਿਲਾਈਆਂ ਆਪਾਂ ਬਣਾਉਂਦੇ ਹਾਂ ਤਾਂ ਕਿ ਡਿਜ਼ਾਇਨ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਪਹਿਲਾ ਕੁੰਡਾ ਉਤਾਰਨਾ ਆ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਵਾ, ਇੱਕ ਕੁੰਡਾ ਉਲਟਾ ਬਣਾ ਲੈਣਾ, ਧਾਗਾ ਪਿੱਛੇ ਕਰ ਲੈਣਾ, ਦੋ ਕੁੰਡਿਆਂ ਨੂੰ ਸਿੱਧੇ ਬਣਾ ਲੈਣਾ। ਜਿਹੜੇ ਦੋ ਕੁੰਡੇ ਹੁਣ ਸਿੱਧੇ ਬਣਾਏ, ਇਹਨਾਂ ਨੂੰ ਵਾਪਸ ਫਿਰ ਇੱਧਰ ਵਾਲੀ ਸਿਲਾਈ 'ਤੇ ਆਪਾਂ ਲੈ ਲੈਣਾ ਵਾ ਅਤੇ ਧਾਗੇ ਨੂੰ ਇੱਥੇ ਸਿਲਾਈ ਦੇ ਉੱਪਰ ਇੱਕ ਵਾਲ ਘੁਮਾ ਦੇਣਾ ਵਾ ਅਤੇ ਇਹ ਦੋ ਕੁੰਡਿਆਂ ਨੂੰ ਆਪਾਂ ਫਿਰ ਇੱਕ ਵਾਰ ਉਣ ਦੇਣਾ ਇਕੱਠਿਆਂ ਨੂੰ। ਫਿਰ ਧਾਗਾ ਆਪਣੀ ਵਾਲੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਪਿੱਛੇ, ਦੋ ਕੁੰਡੇ ਸਿੱਧੇ, ਫਿਰ ਆਹ ਕੁੰਡਿਆਂ ਨੂੰ ਵਾਪਸ ਆ ਸਿਲਾਈ 'ਤੇ ਪਾ ਕੇ ਫਿਰ ਵਾਲ ਪਾਵਾਂਗੇ ਸੈਂਟਰ ਦੇ ਵਿੱਚ ਅਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿਆਂਗੇ। ਧਾਗਾ ਆਪਣੀ ਵਾਲੀ ਸਾਈਡ, ਇੱਕ ਕੁੰਡਾ ਉਲਟਾ, ਦੋ ਕੁੰਡੇ ਸਿੱਧੇ ਬਣਾਵਾਂਗੇ, ਜਿਹੜੇ ਸਿੱਧੇ ਕੁੰਡੇ ਇਹਨਾਂ ਨੂੰ ਵਾਪਸ ਫਿਰ ਉੱਧਰ ਵਾਲੀ ਸਿਲਾਈ 'ਤੇ ਆਪਾਂ ਪਾ ਲੈਣਾ ਆ, ਫਿਰ ਇੱਥੇ ਜਾਲੀ ਪਾਵਾਂਗੇ ਅਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿਆਂਗੇ। ਇਸ ਤਰੀਕੇ ਦੇ ਨਾਲ ਇਹੀ ਦੋ ਸਿਲਾਈਆਂ ਜਿਹੜੀਆਂ ਅਸੀਂ ਵਾਰ ਵਾਰ ਰਿਪੀਟ ਕਰਨੀਆਂ ਆ ਅਤੇ ਬਹੁਤ ਹੀ ਸੋਹਣਾ ਡਿਜ਼ਾਇਨ ਜਿਹੜਾ ਬਣ ਕੇ ਰੈਡੀ ਹੋ ਜਾਂਦਾ ਆ। ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ 'ਤੇ ਪਾਓਗੇ ਤਾਂ ਬਹੁਤ ਹੀ ਪਿਆਰਾ ਲੱਗੇਗਾ। ਕਿਸੇ ਵੀ ਕਲਰ 'ਤੇ ਪਾ ਸਕਦੇ ਜੇ, ਬਲੈਕ 'ਤੇ, ਵਾਈਟ 'ਤੇ, ਜੈਲੋ, ਗ੍ਰੀਨ, ਹਰ ਇੱਕ ਰੰਗ 'ਤੇ ਵਾਲਾ ਡਿਜ਼ਾਇਨ ਜਿਹੜਾ ਉੱਠ ਜਾਏਗਾ। ਉਲਟੇ ਪਾਸਿਓਂ ਪਹਿਲਾ ਕੁੰਡਾ ਉਤਾਰ ਲੈਣਾ ਵਾ, ਧਾਗਾ ਪਿੱਛੇ ਕਰਾਂਗੇ, ਇੱਕ ਕੁੰਡਾ ਸਿੱਧਾ, ਫਿਰ ਦੋ ਕੁੰਡੇ ਉਲਟੇ। ਉਲਟੀ ਸਿਲਾਈ ਜਿਹੜੀ ਆ ਹਰ ਵਾਰ ਇਸੇ ਤਰੀਕੇ ਦੇ ਨਾਲ ਬਣਨੀ ਆ, ਇੱਕ ਕੁੰਡਾ ਸਿੱਧਾ ਅਤੇ ਦੋ ਕੁੰਡੇ ਉਲਟੇ। ਬਸ ਦੋ ਹੀ ਸਿਲਾਈਆਂ ਨੇ, ਇਹੀ ਦੋ ਸਿਲਾਈਆਂ ਵਾਰ ਵਾਰ ਰਿਪੀਟ ਕਰਦੇ ਜਾਣਾ ਆ ਅਤੇ ਡਿਜ਼ਾਇਨ ਜਿਹੜਾ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੁੰਦਾ ਜਾਣਾ ਹੈ। ਵੇਖੋ ਦੋ ਸਿਲਾਈਆਂ ਸਾਡੀਆਂ ਬਣ ਗਈਆਂ, ਇਸ ਤਰ੍ਹਾਂ ਬਹੁਤ ਸੋਹਣਾ ਡਿਜ਼ਾਇਨ ਬਣਦਾ ਆ। ਅਤੇ ਜਦੋਂ ਆਪਾਂ ਅੱਗੇ ਤੋਂ ਅੱਗੇ ਵਾਲਾ ਡਿਜ਼ਾਇਨ ਬਣਾਉਂਦੇ ਜਾਣਾ ਆ ਅਤੇ ਇਸ ਤਰੀਕੇ ਦੇ ਨਾਲ ਬਣ ਕੇ ਅਤੇ ਇਹ ਨਜ਼ਰ ਆਏਗਾ, ਉਲਟੀ ਸਾਈਡ ਤੋਂ ਐਵੇਂ ਬਣਦਾ ਆ ਅਤੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਬਣਦਾ ਆ। ਬਹੁਤ ਹੀ ਸੋਹਣਾ ਡਿਜ਼ਾਇਨ ਆ, ਤੁਸੀਂ ਵੀ ਆਪਣੀ ਕਿਸੇ ਵੀ ਕੋਟੀ 'ਤੇ, ਸਵੈਟਰ 'ਤੇ, ਜੈਕਟ 'ਤੇ ਕਿਤੇ ਵੀ ਪਾ ਸਕਦੇ ਜੇ। ਜੇਕਰ ਤੁਹਾਨੂੰ ਡਿਜ਼ਾਇਨ ਪਸੰਦ ਆਇਆ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਇਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।